ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ। ਇੱਕ ਵਾਰ ਫਿਰ ਆਪਾਂ ਤੁਹਾਨੂੰ ਇਹ ਮਿਰਚਾਂ 'ਚ ਬੈਠੇ ਹਾਂ। ਸਾਨੂੰ ਕਈ ਕਮੈਂਟ ਆਏ ਆ ਕਿ ਮਿਰਚਾਂ ਨੂੰ ਔਰ ਇਹਨਾਂ ਸਬਜ਼ੀਆਂ ਨੂੰ ਪਾਣੀ ਬਾਰੇ ਕਿ ਕਿੰਨਾ ਕੁ ਪਾਣੀ, ਕਿੰਨੇ ਦਿਨਾਂ ਬਾਅਦ ਕੀ ਮਾਤਰਾ ਆਇਆ ਉਹਦੀ, ਇਹਦੇ ਬਾਰੇ 'ਚ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ। ਇਹ ਤੁਸੀਂ ਮਿਰਚਾਂ ਦੇਖ ਰਹੇ ਹਾਂ ਜਿਨ੍ਹਾਂ ਦੇ ਵਿੱਚ ਮੈਂ ਬੈਠਾ ਹਾਂ। ਔਰਗੈਨਿਕ ਤਰੀਕੇ ਨਾਲ ਲਾਈਆਂ ਪੂਰੀ ਤਰ੍ਹਾਂ ਨਾਲ, ਔਰ ਮੈਂ ਤੁਹਾਨੂੰ ਲਾਗੇ ਤੋਂ ਦਿਖਾ ਦਿੰਦਾ ਹਾਂ। ਔਰ ਪਾਣੀ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਹਾਂ, ਧਿਆਨ ਨਾਲ ਸੁਣ ਲਓ। ਇਹ ਮਿਰਚਾਂ ਦੇ ਬੂਟੇ ਆ ਜਿਹੜੇ ਤੁਸੀਂ ਦੇਖ ਰਹੇ ਹਾਂ, ਕੌੜੀਆਂ ਮਿਰਚਾਂ ਦੋ ਕਨਾਲ ਦੇ ਵਿੱਚ। ਦੇਖੋ 40-45 ਦਿਨ ਦੇ ਬੂਟੇ ਆ ਇਹ, ਔਰ ਲਾਗੇ ਤੋਂ ਦੇਖੋ ਇਹਨਾਂ ਨੂੰ ਫੁੱਲ ਲੱਗੇ ਹੋ। ਇਹ ਦੇਖੋ ਦੇਖੋ ਇੱਕ ਇੱਕ ਬੂਟੇ। ਔਰ ਪਾਣੀ ਦੀ ਜਿਹੜੀ ਮਕਤਿਆਰ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਤੁਸੀਂ ਇਹ ਵੱਟਾਂ ਦੇਖ ਰਹੇ ਹਾਂ, ਇਹ ਦੇਖੋ ਪੂਰੀ ਤਰ੍ਹਾਂ ਨਾਲ ਸੁੱਕੀਆਂ ਪਈਆਂ। ਲਓ ਆਹ ਦੇਖੋ ਮਿੱਟੀ, ਆਹ ਦੇਖੋ ਕਿਤਿਓਂ ਵੀ ਕੋਈ ਗਿੱਲ ਦਾ ਨਾਮ ਨਿਸ਼ਾਨ ਹੈ ਨਹੀਂ ਗਾ। ਦੇਖੋ ਆਹ ਨਿਕਲੀ ਆ ਥੋੜ੍ਹੀ ਜਿਹੀ ਗਿੱਲ, ਆਹ ਦੇਖੋ ਇਹਨਾਂ ਨੂੰ ਗੁੱਡ ਕੇ ਇਹਨਾਂ ਦੇ ਉੱਤੇ ਮਿੱਟੀ ਚੜ੍ਹਾ ਦਿੱਤੀ ਆ ਵੱਟਾਂ 'ਤੇ। ਅਤੇ ਤੁਸੀਂ ਕਮੈਂਟ ਦੇ ਵਿੱਚ ਕਈ ਵਾਰ ਮੇਰੇ ਤੋਂ ਇਹ ਮਿਰਚਾਂ ਨੂੰ ਜਾਂ ਹੋਰ ਫਸਲਾਂ ਨੂੰ ਪਾਣੀ ਬਾਰੇ ਕਮੈਂਟ ਕਰਦੇ ਹਾਂ। ਪਾਣੀ ਬਾਰੇ ਇਹਦਾ ਨਾਪ ਤੋਲ ਇਹ ਆ ਕਿ ਜਿਹੜੀ ਮਿਰਚ ਆ ਕੌੜੀ ਮਿਰਚ, ਇਹ ਔੜ ਮੰਗਦੀ ਆ, ਬਹੁਤ ਜ਼ਿਆਦਾ ਤਰ ਫਸਲ ਨਹੀਂ ਹੈਗੀ, ਇਹ ਤਰ ਪਾਣੀ ਨਹੀਂ ਮੰਗਦੀ। ਇਸੇ ਕਰਕੇ ਵੱਟਾਂ ਦੇ ਉੱਤੇ ਮਿੱਟੀ ਚੜ੍ਹਾ ਕੇ ਇਹ ਜਿਵੇਂ ਤੁਸੀਂ ਦੇਖ ਰਹੇ ਹਾਂ ਇਹਨੂੰ ਪੂਰੀ ਤਰ੍ਹਾਂ ਨਾਲ ਰਾੜਾ ਲਵਾ ਦੇਣਾ ਔਰ ਫਿਰ ਚਾੜ ਕੇ ਪਾਣੀ ਦੇਣਾ। ਜੇ ਤੁਸੀਂ ਜ਼ਿਆਦਾ ਨਹੀਂ, ਘੱਟ ਤੋਂ ਘੱਟ 10 ਦਿਨ ਬਾਅਦ ਪਾਣੀ ਲਾਓ ਮਿਰਚ ਨੂੰ। ਇਹ ਦੇਖੋ ਬੂਟੇ, 10 ਦਿਨਾਂ ਤੋਂ ਪਹਿਲਾਂ ਕਦੇ ਵੀ ਮਿਰਚ ਨੂੰ ਗਿੱਲੀ ਨਾ ਕਰੋ। ਇਹ ਜਿੰਨੀ ਚੜ੍ਹ ਕੇ ਪਾਣੀ ਲੱਗੇਗਾ ਉਨੀ ਜ਼ਿਆਦਾ ਵਧੀਆ ਹੋਵੇਗੀ। ਇਹ ਦੇਖੋ ਛੋਟੀਆਂ ਛੋਟੀਆਂ ਮਿਰਚਾਂ, ਦੇਖੋ ਇਹ ਦੇਖੋ ਮਿਰਚਾਂ ਲੱਗੀਆਂ, ਉਨਾ ਹੀ ਫਲ ਜ਼ਿਆਦਾ ਲੱਗੇਗਾ। ਇਸ ਕਰਕੇ ਇਹਨੂੰ ਜਲਦੀ ਫਲ, ਪਾਣੀ ਦੀ ਜ਼ਰੂਰਤ ਨਹੀਂ ਹੈਗੀ ਕੋਈ, ਘੱਟ ਤੋਂ ਘੱਟ 10 ਦਿਨ ਔਰ ਮਿੱਟੀ ਚੜ੍ਹਾ ਕੇ ਜੇ ਪੱਧਰੇ ਥਾਂ 'ਤੇ ਵੀ ਆ ਤਾਂ ਉਹਨੂੰ ਪੂਰੀ ਤਰ੍ਹਾਂ ਸੁੱਕਣ ਦਿਓ, ਜੇ ਤੁਸੀਂ ਘਰੇਲੂ ਬੂਟੇ ਵੀ ਲਾਇਓ। ਹੋਰ ਚੀਜ਼ਾਂ ਜਿਵੇਂ ਬੈਂਗਣ, ਇਹ ਬੈਂਗਣਾਂ ਦੇ ਬੂਟੇ ਆ, ਇਹਨਾਂ ਨੂੰ ਪਾਣੀ ਆਪਾਂ ਲਾ ਸਕਦੇ ਹਾਂ, ਇਹ ਜ਼ਿਆਦਾ ਪਾਣੀ ਵੀ ਝੱਲ ਲੈਂਦੇ ਆ। ਇਹ ਦੇਖੋ ਭਿੰਡੀ ਜਾਂ ਹੋਰ ਫਸਲਾਂ 'ਚੋਂ, ਪਰ ਇਹ ਜਿਹੜੀ ਮਿਰਚ ਆ ਇਹ ਜ਼ਿਆਦਾ ਪਾਣੀ ਨਹੀਂ ਮੰਗਦੀ। ਅੱਜ ਦੀ ਸਾਡੀ ਵੀਡੀਓ ਇਸੇ ਕਰਕੇ ਸੀ ਕਿਉਂਕਿ ਬਹੁਤ ਜ਼ਿਆਦਾ ਕਮੈਂਟ ਆਏ ਸੀ। ਇਹ ਬੈਂਗਣ ਆ ਜਿਹੜੇ ਤੁਸੀਂ ਦੇਖ ਰਹੇ ਆ, ਇਹਨਾਂ ਨੂੰ ਵੀ ਅੱਜ ਪਾਣੀ ਲਾ ਦੇਣਾ। ਇਹ ਭਿੰਡੀ ਤੋਰੀ ਦੇ ਬੂਟੇ ਆ ਜਿਹੜੇ ਤੁਸੀਂ ਦੇਖ ਰਹੇ ਆ, ਔਰ ਭਿੰਡੀਆਂ ਨੂੰ ਪਾਣੀ ਲਾ ਸਕਦੇ ਹਾਂ ਕਾਫੀ। ਬੇਸ਼ੱਕ ਬੈਂਗਣ, ਭਿੰਡੀਆਂ ਔਰ ਸ਼ਿਮਲਾ ਮਿਰਚਾਂ, ਇਹਨਾਂ ਨੂੰ ਪਾਣੀ ਦੀ ਕਾਫੀ ਗਿੱਲ ਚਾਹੁੰਦੇ ਆ। ਇਹ ਬੈਂਗਣ ਵੀ ਬਹੁਤ ਜ਼ਿਆਦਾ ਪਾਣੀ ਚਾਹੁੰਦੇ ਆ, ਇਸੇ ਕਰਕੇ ਮੁਰਝਾਇਆ ਹੋਆ, ਪਾਣੀ ਲਾਉਣ ਲੱਗੇ ਆ ਹੁਣ ਇਹਨਾਂ ਨੂੰ।
ਅਤੇ ਜਿਹੜੀ ਸਪੈਸ਼ਲੀ ਮਿਰਚ ਦੀ ਖੇਤੀ ਮੈਂ ਤੁਹਾਨੂੰ ਵਾਰ ਵਾਰ ਕਹਿ ਚੁੱਕਾ, ਉਹ 10 ਤੋਂ ਵੀ 12 ਦਿਨ ਜਿੰਨੀ ਤੁਸੀਂ ਚਾੜ ਕੇ ਪਾਣੀ ਲਾਵੋਗੇ ਉਨਾ ਹੀ ਵਧੀਆ ਆ। ਇਹ ਅਜਮਾ ਕੇ ਦੇਖੋ ਔਰ ਕਰਕੇ ਦੇਖੋ। ਜਿਵੇਂ ਤੁਹਾਨੂੰ ਦਿਸ ਰਹੇ ਆ ਸੁੱਕਾ ਖੇਤ ਆ ਔਰ 12-13 ਦਿਨ ਹੋ ਗਏ ਆ ਪਾਣੀ ਲੱਗੇ ਨੂੰ, ਔਰ ਮਿਰਚਾਂ ਤੁਸੀਂ ਦੇਖ ਹੀ ਰਹੇ ਆ। ਦੇਖੋ ਇਹ ਦੇਖੋ 2-2 ਬਰਸੂਏ ਫੁੱਟਿਓ ਆ ਹਰੇਕ ਨੂੰ 2-2। ਇਹ ਦੇਖੋ ਇਹ ਵੀਡੀਓ ਅਸੀਂ ਤੁਹਾਨੂੰ ਹਮੇਸ਼ਾ ਕੰਮ ਦੀ ਜਾਣਕਾਰੀ ਦਿੰਦੇ ਹਾਂ, ਜੋ ਮੈਂ ਆਪ ਵਰਤਾਉਂਦਾ ਜਾਂ ਆਪ ਕਰਦਾ ਉਹੀ ਕੁਛ ਸਭ ਸਾਰਿਆਂ ਨੂੰ ਦੱਸਦਾ ਹਾਂ। ਕੋਈ ਗਲਤ ਜਾਣਕਾਰੀ ਦੇਣ ਦਾ ਮੇਰਾ ਮਕਸਦ ਨਹੀਂ ਹੁੰਦਾ। ਅਤੇ ਘੱਟ ਪਾਣੀ ਲਾ ਕੇ ਤੁਸੀਂ ਚੈੱਕ ਕਰਿਓ ਆਪਣੇ ਬੂਟੇ। ਜੇ ਹੁਣ ਪਾਣੀ ਲਾਇਆ ਵੀ ਆ ਤਾਂ 10 ਦਿਨ ਛੱਡ ਦਿਓ ਉਹਨਾਂ ਨੂੰ ਗੁੱਡ ਕੇ, ਪੂਰੀ ਤਰ੍ਹਾਂ ਨਾਲ ਮਿੱਟੀ ਜਿਹੜੀ ਇਸ ਤਰ੍ਹਾਂ ਦੀ ਹੋ ਜਾਣ ਦਿਓ। ਉਸ ਤੋਂ ਬਾਅਦ ਫਿਰ ਮੈਨੂੰ ਰਿਜ਼ਲਟ ਦੱਸਿਓ। ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ। ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਨਾਲ ਜਲਦੀ। ਸਤਿ ਸ਼੍ਰੀ ਅਕਾਲ।